ਅਸਲਾਮ ਵਾਲੇਕੁਮ ਵੀਰੋ ਕੀ ਹਾਲ ਹੈ ਠੀਕ ਹੋ ਖਰੀਦ ਨਾਲੋ ਥੋੜਾ ਜਿਹਾ ਪੈਟਰਨ ਚੇਂਜ ਕਰ ਲਿਆ ਕਿ ਵੈਲਕਮ ਜੀ ਖੁਸ਼ ਆਮਦੀਦ ਉਹਨਾਂ ਨੂੰ ਥੋੜਾ ਜਿਹਾ ਖੈਰਬਾਦ ਕਹਿ ਦਿੱਤਾ ਯਾਰ ਅਕਸਰ ਲੋਕ ਆਂਦੇ ਸੀ ਤੂੰ ਸਲਾਮ ਨਹੀਂ ਆਂਦਾ ਤੇ ਥੋੜਾ ਜਿਹਾ ਪੈਟਰਨ ਦੇ ਵਿੱਚ ਚੇਂਜਿੰਗ ਲੈ ਕੇ ਆਂਦੀ ਏ ਤੇ ਜਨਾਬ ਨੂੰ ਸਲਾਮ ਹੋ ਗਿਆ ਤੇ ਵਜੂਦ ਅਗੀਆਂ ਚੱਕ ਨੰਬਰ 220 ਗੜਵਾ ਸਟਾਫ ਝੰਗ ਦੇ ਵਿੱਚ ਕਾਸਮ ਨਾਲ ਸਾਹਿਬ ਕੋਲ ਹਰ ਮੰਡੀ ਦੇ ਉੱਤੇ ਮੁਲਾਕਾਤ ਹੁੰਦੀ ਏ ਮੰਡੀ ਦੇ ਉੱਤੇ ਅਮੀਨਪੁਰ ਬੰਗਲਾ ਮੰਡੀ ਦੇ ਮਾਲ ਬੜਾ ਅੱਛਾ ਲੈ ਕੇ ਆਂਦੇ ਨੇ ਔਰ ਕਲਾਸ ਦੀਆਂ ਗੋੜੀਆਂ ਇਹਨਾਂ ਕੋਲੋਂ ਲੈਂਦੀਆਂ ਨੇ ਔਰ ਸੁਥਰਾ ਮਾਲ ਜਦੋਂ ਵੀ ਲੈ ਕੇ ਆਉਂਦੇ ਨੇ ਮਾੜਾ ਮਾਲ ਇਹਨਾਂ ਕੋਲ ਨਹੀਂ ਹੁੰਦਾ ਤੇ ਡਿਸਕਾਊਂਟ ਵੀ ਅੱਛਾ ਹੋ ਜਾਂਦਾ ਔਰ ਬਿਲਕੁਲ ਹੈ ਵੀ ਰੋਡ ਦੇ ਉੱਪਰ ਆ ਡੇਰਾ ਇਹਨਾਂ ਦਾ ਫੈਸਲਾਬਾਦ ਜੰਗ ਰੋਡ ਤੇ ਫੈਸਲਾ ਜੰਗ ਤੋਂ ਤਕਰੀਬਨ ਕੋਈ 16 16 ਕਿਲੋਮੀਟਰ ਬਣਦਾ ਨਾ ਗਾਸਮ 16 ਕਿਲੋਮੀਟਰ ਪਿੱਛੇ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਡੇਰਾ ਗੁਮਣ ਗੁਮਾਨ ਦੀ ਜ਼ਰੂਰਤ ਨਹੀਂ ਹੈ ਤੇ ਮਾਸ਼ਾਅੱਲਾ ਖੂਬਸੂਰਤ ਮਾਲ ਹੈ ਜੀ ਇੱਕ ਘੋੜਾ ਤੇ 1 2 3 ਤੇ 4 ਗੋੜੀਆਂ 4 ਗੋੜੀਆਂ 1 ਘੋੜਾ ਖੂਬਸੂਰਤ ਮਾਲ ਹੈ ਜਨਾਬ ਬਗੈਰ ਟਾਈਮ ਜ਼ਾਇਆ ਕੀਤੇ ਜਨਾਬ ਨੂੰ ਮਾਲ ਵਖਾਣੇ ਆ ਔਰ ਕਾਸਮ بھائی ਦਾ ਨੰਬਰ ਵੀ ਸ਼ੇਅਰ ਕਰ ਦਿਆਂਗੇ ਲਓ ਜੀ ਵੀਰੋ ਕਾਸਮ ਨੌਲ ਦਾ ਮਾਲ ਵੇਖੋ ਜੀ ਮਾਸ਼ਾਅੱਲਾ ਜੀ ਸੋਹਣਾ ਤੇ ਸੁਥਰਾ ਮਾਲ ਜ਼ਿਆਦਾ ਮਾਲ ਕਾਸਮ ਨੌਲ ਦੀ ਖਸੀਅਤ ਹੈ ਵੀ ਨਹੀਂ ਇਕੱਠਾ ਕਰਦਾ ਥੋੜਾ ਕਰ ਲੈਂਦਾ ਤੇ ਸੁਥਰਾ ਮਾਲ ਹੁੰਦਾ ਰੇਟ ਵੀ ਮناسب ਕਰ ਲੈਂਦਾ ਲੇਕਿਨ ਫਾਈਨਲ ਗੱਲ ਇਹ ਆ ਵੀ ਜਿਸ ਬੰਦੇ ਘੋੜੀ ਲੈਣੀ ਹੈ ਉਹ ਚੈੱਕ ਕਰਵਾ ਕੇ ਲਵੇ ਕਾਸਮ ਕੀ ਖਿਆਲ ਹੈ ਕੋਈ ਬੰਦਾ ਅਗਰ ਅਗਰ ਕਿਸੇ ਬੰਦੇ ਘੋੜੀ ਲੈਣੀ ਹੈ 2.5 ਲੱਖ 3 ਲੱਖ ਰੁਪਏ ਉਹ ਪਾਰ ਰਿਹਾ ਠੀਕ ਹੈ ਉਹ 4000 ਦੇ ਕੇ ਉਹ ਚੈੱਕ ਕਰਵਾ ਕੇ ਲਵੇ ਠੀਕ ਹੈ ਜੀ ਕਿਉਂ ਮੋਸਟਲੀ ਲੋਕ ਮੈਨੂੰ ਬਾਅਦ ਇਕਾਲ ਕਰਦੇ ਨੇ ਯਾਰ ਫਲਾਣੇ ਬੰਦੇ ਕੋ ਘੋੜੀ ਲਈ ਫਲਾਣੇ ਕੋ ਲਈ ਖਾਲੀ ਨਿਕਲੀ ਔਰ ਮੈਂ ਕੋਈ ਦੋ رائے ਨਹੀਂ ਹੈ ਬੇਸ਼ੱਕ ਕਾਸਮ ਸਾਡੇ ਕੋ ਅਗਲੀ ਵਾਰੀ ਵੀਡੀਓ ਨਾ ਬਣਵਾਵੇ ਲੇਕਿਨ ਮੈਂ ਇਹ ਗੱਲ ਕਰਾਂਗਾ ਕਿ ਜਿਸ ਬੰਦੇ ਗੋੜੀ ਲੈਣੀ ਹੈ ਅਗਰ ਕਾਸਮ ਕਹਿ ਰਿਹਾ ਗੱਬਾ ਨੇ ਤਾਂ ਉਹ 2.5 3 ਲੱਖ 4 ਲੱਖ ਰੁਪਇਆ ਵਾਰ ਰਿਹਾ ਤੇ ਉਹ 4000 ਹੋਰ ਦੇ ਕੇ ਉਹਨੂੰ ਚੈੱਕ ਕਰਵਾ ਕੇ ਲੈ ਕੇ ਜਾ ਕਿਉਂ ਜੀ ਬਿਲਕੁਲ ਕੋਈ ਇਤਰਾਜ਼ ਹੈ ਇਸ ਗੱਲ ਤੇ ਮੈਂ ਆਹ ਪਾਣਾ ਚੈੱਕ ਕਰਾ ਕੇ ਦੇ ਗਲਤ ਨਹੀਂ ਗੱਲ ਕਰਨਾ ਪਹਿਲੇ ਚੈੱਕ ਕਰਾਓ ਬਾਅਦ ਮੁਕ ਜਾਸਨ ਉਸ ਤੋਂ ਬਾਅਦ ਅੰਦਰ ਚੈੱਕ ਕਰਾਓ ਜੀ ਠੀਕ ਹੋ ਗਿਆ ਠੀਕ ਹੋ ਗਿਆ ਜੀ ਲੋਜੀ ਕਾਸਮ ਚਾਰ ਘੋੜੀਆਂ ਤੇ ਇੱਕ ਘੋੜਾ ਐਸ ਘੋੜੀ ਤੋਂ ਸ਼ੁਰੂ ਕਰੋ ਐ ਜਿਹੜੀ ਸਾਵੀ ਤੁਸੀਂ ਪਕੜੀ ਹੋਈ ਹੈ ਜੀ ਨੇ 60 ਤੋਂ ਉੱਤੇ ਉੱਤੇ ਘੋੜੀ ਹੈ ਜੀ ਅੱਛਾ ਜੀ ਆ ਸੱਤ ਗਿੱਠੀ ਮੇਰੇ ਆ ਜੀ ਅੱਛਾ ਸੱਤ ਗਿੱਠੀ ਮੈਂ ਹਾ ਹਾ ਇਤਨੇ ਇੰਚ ਅਗਾ ਬਣਾ ਲਓ ਜੀ ਠੀਕ ਹੋ ਗਿਆ ਤੇ ਇਹਦੀ ਉਮਰ ਕਿਹ ਹੈ ਇਹ ਸ਼ੁਰੂ 5 ਹੁਣ ਲੱਗਦੀ ਪਈ ਹੈ ਸ਼ੁਰੂ 5 ਨੌਕਰੀ ਸਾਵੀ ਹੈ ਜੀ ਹੱਥਾਂ ਪੈਰਾਂ ਦੀ ਸਾਖ ਬਿਲਕੁਲ ਕਲੀਅਰ ਮੌਕੇ ਤੇ ਚੈੱਕ ਕਰ ਖਲੋਤਾ ਚੈੱਕ ਕਰੋ ਜੀ ਠੀਕ ਹੋ ਗਿਆ ਤੇ ਉਮਰ ਕਿਹ ਦਸੀ ਸ਼ੁਰੂ ਹੁਣ 5 ਲੱਗਦੀ ਪਈ ਸ਼ੁਰੂ 5 ਜੀ ਆ ਤੇ ਖਾਲੀਇਆ ਇੱਕ ਬਣੇ ਨਾ ਘੋੜਾ ਮੇਲੇ ਦੀ ਗਾਰੰਟੀ ਦੇ ਸਾ ਅੱਗਾ ਲੈ ਕੇ ਨਾ ਖਾਲੀ ਕਰਕੇ ਦੇਣੀ ਘੋੜੇ ਮੇਲੇ ਦੀ ਗਾਰੰਟੀ ਮੈਂ ਦੇਸ ਅੱਛਾ ਅੱਗਾ ਮੁਕੱਦਰ ਸਾਈਆਂ ਦਾ ਹਾਂ ਸਾਈਆਂ ਦੇ ਮੁਕੱਦਰ ਜੀ ਠੀਕ ਹੋ ਗਿਆ ਇਹਦੀ ਡਿਮਾਂਡ ਕੀ ਕਰਦਾ ਕਿ ਇਹਦੀ ਡਿਮਾਂਡ 5 ਲੱਖ ਰੁਪਏ ਜੀ ਪਿਆਰ ਮੁਹਬਤ ਹੋ ਜਾ ਯਾਰ ਰੇਟ ਵਾਲੇ ਪਾਸੋਂ ਨਾ ਲੋਗ ਬੜੇ ਤੰਗ ਆਏ ਹੋਏ ਤੁਹਾਡੇ ਵਪਾਰੀਆਂ ਕੋਲ ਹਾਏ ਗੱਲ ਤਾਂ ਹੈ ਬਸ ਮੂੰ ਮੰਗੀ ਰੱਖ ਦਿੰਦੀ ਐ ਨਾ ਮੰਗੀ ਮੂੰ ਮੰਗੀ ਮੌਤ ਕੋਈ ਵੀ ਨਹੀਂ ਦਿੰਦਾ ਇਹ ਵੀ ਗੱਲ ਨਾਲ ਅੱਛਾ ਹਾਂ ਮੂੰ ਮੰਗੀ ਮੌਤ ਕੋਈ ਨਹੀਂ ਦਿੰਦਾ ਦੇਂਦਾ ਤਾਂ ਮੋੜ ਕੇ ਰੋਲੇ ਅੱਛਾ ਹਾਂ ਚਲੋ ਤੇ ਲੈਣੇ ਕਿਤਨੇ ਇਸ ਗੋਡ ਇਦ ਫਾਈਨਲ ਫਾਈਨਲ 4 ਲੱਖ ਰੁਪਏ ਫਾਈਨਲ 4 ਲੱਖ ਫਾਈਨਲ ah, 4 ਲੱਖ ਪਿੱਛੇ ਕੋਈ ਸੂਈ ਸੂਈ ਹੈ 100 ਸੂਈ ਇਹ ਬਿਸ਼ੱਕ ਥਣੇ ਚੈੱਕ ਕਰਾ ਨੁਕਰਾ ਬੱਚਾ ਦਿੱਤਾ ਇਸ ਬਿਸ਼ੱਕ ਬੈਗ ਚੈੱਕ ਕਰਾ ਕੋਈ ਦੁਗਾੜਾ ਕੋਈ ਬੰਬੇਰੀ ਬਿਸ਼ੱਕ ਤਸੱਲੇ ਨਾਲ ਚੈੱਕ ਕਰਾ ਆਸਪਤਲ ਆਸ ਮੱਥਾ ਆਖੋ ਤਾਂ ਮੱਥਾ ਹੀ ਚੈੱਕ ਕਰ ਲੈ ਨਾ ਹੋਰਾ ਪੋਤ

ਕਾਸਮ ਅਗਲੀ ਘੋੜੀ ਵੀ ਖਾਵੇ ਅੱਛਾ ਟਾਪਿਆ ਆ ਜਾਓ ਮਗਰ ਬਿਸ਼ਾਖ ਫਿਰ ਦੇਵਤ ਉਹ ਲੱਤਾਂ ਵਾਲਿਆਂ ਨੇ ਜੀ ਜੀ ਵੀਡੀਓ ਪਹਿਲੇ ਬਣ ਗਈ ਹੈ ਜੀ ਇਹ ਤਾਂ 10 ਰੁਪਏ ਦਾ ਆ ਇਹ ਉਮਰ ਕੀ ਹੈ ਜੀ ਇਹ ਸ਼ੁਰੂ ਹੁਣ ਪਾਈ ਲੱਗਦੀ ਪਈ ਹੈ ਜੀ ਨੁਕਰਾ ਬੱਚਾ ਇਸ ਦਿੱਤੋ ਹੈ ਜੀ ਮੋੜ ਦੁਬਾਰਾ ਘੋੜੀ ਥਾਂ ਤੇ ਕਹ ਲਈਏ ਘੋੜਾ ਮਗਰੂ ਕਲਾ ਅੱਛਾ ਲੇਕਿਨ ਤਾਰ ਨਹੀਂ ਸੁਪੱਕੀ ਆਂਦੀ ਇਸ ਤੇ ਘੋੜਾ ਕਰਾਸ ਕਰਨਾ ਜਿੰਦੇ ਮੁਕਦਰਾਂ ਚ ਉਹ ਕਰੇ ਸੀ ਅੱਛਾ ਲੇਕਿਨ ਫਿਲਹਾਲ ਮੈਂ ਨਹੀਂ ਕਰਾਇਆ ਜੀ ਅੱਜ ਦੇ ਕਾਦੇ ਦਾ ਆਪਣਾ ਮੇਰੀਆਂ ਸੱਤ ਬਣਦੀਆਂ ਜੀ ਮੇਰੀਆਂ ਸੱਤ ਗਿੱਠੀਆਂ 60 ਪਲੱਸ ਹਾਂ 60 ਪਲੱਸ ਮੁੱਲ ਕਿ ਕਰਤਾ ਪਿਆ ਮੋਲੇ ਦਾ 5 ਲੱਖ ਰੁਪਏ ਕਰੈਣਾ ਫਾਈਨਲ ਦੀ ਥੇ ਦੇ ਛੋਣੀ ਇਹ ਵਿਚਾਰ ਦੀ ਦੇ ਛੋੜੇ ਸੀ ਠੀਕ ਹੋ ਗਿਆ ਬਾਕੀ ਡਿਟੇਲ ਦੇ ਨਾਲ ਇਹਦੀ ਵੀਡੀਓ ਲੱਗੀ ਹੋਈ ਹੈ ਜੀ ਜੀ ਬਿਲਕੁਲ ਇਸ ਕੁਮੈਦ ਦਾ ਇਸ ਕੁਲੀ ਦਾ ਇਹਦਾ ਕੁਲੀ ਦਾ ਕੁਲੀ ਉਮਰ 4 3 ਮਹੀਨੇ ਦੀ ਗੱਭਣ ਚੈੱਕ ਕਰਾ ਕੇ ਦੇਣੀ ਅੱਛਾ ਤਸੱਲੀ ਕਰਾ ਕੇ ਨਾਲ ਗਰੰਟੀ ਨਾਲ ਦੇਸ ਠੀਕ ਹੋ ਗਿਆ ਗਰੰਟੀ ਇਹਦੀ 6 ਲੱਖ ਰੁਪਏ ਡਿਮਾਂਡ ਕਰੇਨਾ ਤੇ ਇਹਦਾ ਕਾਦ ਕੀ ਇਹਦਾ ਕਾਦ ਦੇ ਨਾ ਮੇਰੀਆਂ ਸਾਥ ਤੇ ਸਾਡੀਆਂ ਚ ਆਪਣਾ 60 ਪਲੱਸ ਹੈ ਇਹਦਾ ਵੀ ਤੇ ਸਵਾਰੀ ਦੀ ਸਵਾਰੀ ਦੀ ਬਿਲਕੁਲ ਚਾਲ ਬਾਸ ਗੋੜੀ ਹੈ ਨਾ ਅੱਛਾ ਵਿਸ਼ਕ ਚੈੱਕ ਵੀਡੀਓ ਬਣਾ ਹੱਥਾਂ ਪੈਨਾਂ ਦੀ ਬਿਲਕੁਲ ਗਰੰਟੀ ਉਮਰ ਹੀ ਚੈੱਕ ਕਰਾਉਣੀ ਅਸੀਲ شریف ਐਂ ਹੀਠ ਵੜਿਆ ਆ ਖਤਮ ਇਥਾਂ ਹੀ ਆਏ ਵੇਖੋ ਜੀ ਨਾ ਲਾਤ ਨਾ ਚਾਕ ਬਾਸ ਪੋਤਰ ਬਾਸ ਬਾਸ ਇਹ ਕੋੰਦੇ ਗੋੜੀਆਂ ਲੱਤਾ ਮਾਰਾਂ ਇਹ ਵੇਖੋ ਜੀ ਚੈੱਕ ਕਰੋ ਜੀ ਬਾਸ ਕਾਂਡੇ ਲੀਕਾ ਕੁਲਾ ਅੱਛਾ ਇਹ ਵੇਖੋ ਜੀ ਆ ਰਹੇ ਜੀ ਠੀਕ 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 ਮੁੱਲ ਕੋ ਮੁਨਾਸਬ ਜੇ 10000 ਆ ਰਹੇ ਦਾ ਪਿਆਰ ਮੁਹੱਬਤ ਇਹ ਪੰਜ ਦੇ ਦੇਸ਼ ਪੰਜ ਦੇ ਹਾਂ ਇਹ ਪੱਕੀ ਪੰਜ ਹਾਂ ਚੈੱਕ ਕਰਾ ਕੇ ਦਿਸ ਮੋੜ ਜੇ ਕੋਈ ਆ ਹੀ ਜਾਂਦਾ ਆ ਹੀ ਗਿਆ ਤਾਂ ਕੋਈ ਕਿਰਾਏ ਬਾੜਾ ਵਿੱਚੋਂ ਕੋ ਪਿਆਰ ਮੁਹੱਬਤ ਹੋ ਜਾ ਸੀ ਲੇਕਿਨ ਚੈੱਕ ਕਰਾ ਕੇ ਦਿਸ ਇਹ ਦੋ ਘੋੜੀਆਂ ਚੈੱਕ ਕਰਾ ਕੇ ਦੇ ਇਹ ਤਰੇ ਮਹੀਨੇ ਦੀ ਹਾਂ ਇਹ ਕੁਮੈਤ ਜਿਹੜੀ ਹੈ ਤਰੇ ਪੈਰੇ ਦੇ ਦੋਤੇ ਇਹ ਪੰਜਵੇਂ ਮਹੀਨੇ ਦੀ ਗਾਰੰਟੀ ਨਾਲ ਚੈੱਕ ਨੁਕਰਾ ਘੋੜਾ ਜਿਹੜਾ ਜ਼ੁਲੇ ਕੋਲ 6 ਬਿਆ ਲਖਾ ਉਹ ਉਸ ਤੇ ਮਿਲਿਆ ਹੈ ਅੱਛਾ ਗਾਰੰਟੀ ਨਾਲ ਚੈੱਕ ਕਰਾ ਕੇ ਉਹਨਾਂ ਨਾਲ ਫੀਸ ਆਪਣੀ ਖਾਲੀ ਹੋਏ ਤਾਂ ਫੀਸ ਮੇਰੀ ਤੇ ਗੱਬਣਾ ਤੇ ਉਹਨਾਂ ਦੀ ਠੀਕ ਹੋ ਗਿਆ ਸਰ ਇਹਦਾ ਕਦ ਕੇ ਇਹਦਾ ਇਹ ਆਪਣਾ 60 ਪਲੱਸ ਆਸ-ਪਾਸ ਆਸ-ਪਾਸ 60 ਪਲੱਸ ਹੈ ਜੀ ਜੀ 60 ਤੇ ਰੰਗ ਇਹਦਾ ਖੁਮੈਤ ਖੁਮੈਤ 3 ਪੈਰ ਦੋਤੇ ਵਿਸ਼ਖ ਚੈੱਕ ਕਰਾ ਸਕਦੇ ਹੋ ਜੀ ਉਹ ਅਗਲਾ ਪੈਰ ਦੋਤਾ ਦੋ ਪਿਛਲੇ ਦੋਤੇ ਹਾਂ ਮੱਥੇ ਪੈਰਾਂ ਦੀ ਸਾਫ ਹੈ ਬਿਲਕੁਲ ਕਲੀਅਰ ਸ਼ੁਰੂ ਹੁਣ ਪੰਜ ਲੱਗਦੀ ਹੈ ਪਹਿਲਾ ਸਵੇਰ ਇੱਕ ਸੂਈ ਹੋਣਾ ਚੱਤਨ ਯਾਰ ਯਾਰ ਹੁਣ ਗੱਲ ਇਹ ਵੀ ਲੋਕ ਆਦਨ ਵੀ ਗੋੜੀਆਂ ਜੜੀਆਂ ਨਾ ਇਹ ਨਹੀਂ 5 ਸਾਲਾਂ ਦੀਆਂ ਸਾਰਾ ਨਹੀਂ ਨਹੀਂ ਇਹ ਪਹਿਲਾ ਸੂਆ ਸੂਈਏ ਤੇਰਾ ਬੱਚਾ ਸਾਫ ਤਰ੍ਹਾਂ 2.5 ਲੱਖ ਦਾ ਵੇਚਿਆ ਮੈਂ ਆਪ ਖੁਦ ਵੇਚਾ ਕਾਸਮ ਬੜੀ ਸਿਆਣੀਆਂ ਹੀ ਲੋਕਾਂ ਨੂੰ ਪਤਾ ਲੱਗਵੰਦਾ ਇਹ ਤਾਂ ਗੱਲ ਹੈ ਉਮਰ ਚੈੱਕ ਕਰਾ ਦੇ ਨੇ ਹਾਂ ਉਮਰ ਚੈੱਕ ਕਰਾ ਚਾਹਾਂ ਗੋੜੀਆਂ ਦੀ ਉਮਰ ਚੈੱਕ ਕਰਾ ਦੇ ਅੱਛਾ ਹਾਂ ਆਜੋ ਉਮਰ ਚੈੱਕ ਕਰਾ ਨੇ ਕਾ ਦੇਰ ਲੱਗਣੀ ਕੈਮਰਾ ਤੇਰੇ ਕੋਲ ਹੈ ਤੁਸੀਂ ਭਵਾਓ ਜੀ ਜਿਹੜਾ ਸਿਆਣਾ ਬੰਦਾ ਉਹ ਤਾਂ ਸਮਝ ਜਾ ਸਿ ਵਾਕੇ ਨਾ ਗਲਤ ਗੱਲ ਹੈ ਇਹ ਬਸ ਬੋਧ اس یہ چیک کر یہ دیا کال کا بھی ہمیشہ جدان کال کا دکھایا کرو جی ہٹ لیا یہ ہمیشہ جدان گوڑے گھوڑا کوئی لوے کال کا جڑے کالک لئی ود ہوے نا جڑا رگڑی ود ہو تو پکی گھوڑے جڑی کالکا گھوڑے لئی ود دی ہوے نا او لووی گھوڑیاں ਅੱਛਾ ਜੀ ਕੇ ਕੇ ਤਾਂ ਜਰੀਏ ਇੱਕ ਸਮੂਹ ਵਿਖਾਈਂਦੇ ਨਾ ਅਸਾਂ ਮੁਕੰਮਲ ਸਾਰਾ ਪਾਟ ਕੇ ਵਿਖਾਣਾ ਬਈ ਕਾਲ ਕਾਂ ਚੈੱਕ ਕਰਾ ਹਾਂ ਇੱਥੇ ਆ ਵੇਖੋ ਆ ਕਾਲ ਕਾਂ ਚਲੇ ਠੀਕ 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 ਵੇ ਤਾਂ ਜਦਾਂ ਕੋਈ ਬਣਾ ਇਹਨਾਂ ਨਾਲ ਕੇ ਕਾਲ ਕਾਂ ਹੀ ਵਿਖਾਓ ਅੱਛਾ ਸਵਾਦ ਤਾਂ ਤਾਂ ਹੁੰਦਾ ਨਾ ਇਸ ਗੱਲ ਦਾ ਹੁਣ ਅਗਲੀ ਅਗਲੀ ਚੈੱਕ ਕਰ ਇਹ ਕਬ ਬਣ ਤਰਾ ਮਹੀਨੇ ਵਾਲੀ ਦੁਆਕ ਚਾਰ ਇਹ ਵੇਖ ਸਾਰੀਆਂ ਕਾਲ ਕਾਂ ਵੇ ਮੂੰਹ ਪਾਟ ਕੇ ਜਦਾਂ ਕੋਈ ਬਣਾ ਮੂੰਹ ਪਾਟ ਕੇ ਉਹਨਾਂ ਨਾਲ ਬਾਸਪੋਤ ਆਈ ਲੈ ਆਈ ਕਾਲ ਕੰਦੀ ਸਿੰਨੀਪੇ ਦੁਆਖ ਚਾਰ ਦੀਆਂ ਠੀਕ ਹੋ ਮੱਥਾ ਚੈੱਕ ਕਰਾ ਲਓ ਜੀ ਆ ਜਾ ਭਈ ਇੱਥੋਂ ਆ ਤਾ ਪਰਲੇ ਦੀਆਂ ਕੁਲ ਆਖੇ ਤਾਂ ਮੁਸ਼ਕਿਲੀਆਂ ਵੀ ਖਾ ਦੇਣੇ ਪਰਲੇ ਸਾਵੀ ਦੀਆਂ ਵੀ ਖਾ ਦੇਣੇ ਮੇਰੀਆਂ ਗੋੜੀਆਂ ਜ਼ਿੰਮੇਵਾਰੀ ਨਾਲ ਟਿਸਨ ਕੋਈ ਨਾ ਗਿੱਲਾ ਉਲਾਮ ਆਵੇ 1 ਮਹੀਨੇ ਦੀ ਗਾਰੰਟੀ ਦੇਸ ਅੱਛਾ ਮਹੀਨਾ ਤਾਂ ਕਿ ਨਾ ਪਸੰਦ ਆਵੇ ਤਾਂ ਮੈਂ ਇਧਰ ਗੱਲ ਸੁਣ ਅੱਛਾ ਕਿਰਾਇਆ ਖਰਚਾ ਜਿਹੜਾ ਉਹਨਾਂ ਬਾਹਰ ਜਾਉਣਾ ਕਿਰਾਇਆ ਖਰਚਾ ਮੈਂ ਦੇਸ ਇਤਰਾਸ ਤੋਂ ਤੇ ਹੋਰ ਛੋਟ ਕਾ ਇਹ ਮੁੱਲ ਕਿ ਕਰਦਾ ਵੇ ਇਹ ਦਾ ਇਸ ਵੱਡੀ ਘੋੜੀ ਓਏ ਨਾ ਕਰ ਪੁੱਤਰ ਇਹ ਘੋੜੀ ਫਾਈਨਲ ਫਾਈਨਲ ਦੇ ਛੋੜੇ ਸਾ ਫਾਈਨਲ ਦੇੜੀ ਹੈ ਸਾਢੇ 5 ਲੱਖ ਦੀ 8 ਲੱਖ ਰੁਪਏ ਦੀ ਮੰਗ ਹੈ ਅੱਛਾ ਇਹ ਸਿਰਫ ਤੇਰੇ ਪਿਆਰ ਮੁਹੱਬਤ ਨਾਲ ਜਿਹੜਾ ਤੁਸੀਂ ਇਤਨਾ ਸਫਰ ਕਰਕੇ ਆ ਜਾਂਦੇ ਹੋ ਨਾ ਸਾਡੇ ਕੋਲ ਉਹ ਇਸ ਵਜ੍ਹਾ ਇਹਦਾ ਕਾਦ ਕੇ ਦੱਸੇ ਇਹਦਾ 60 ਤੋਂ ਉੱਤੇ ਸੱਤ ਗਿੱਠੀ ਮੇਰੀਆਂ ਜੀ ਗਿੱਠੂ ਮਾਰ ਕੇ ਮੈਂ ਹੁਣ ਤੁਹਾਡੇ ਸਾਹਣੇ ਚ ਵੇਖਾਂ ਇੱਥੇ ਤਾਂ ਵੱਡੀਆਂ ਛਟੀਆਂ ਹੋਈਆਂ ਸੱਤ ਗਿੱਠੀ ਪੂਰੀਆਂ ਨਾ 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 ਵੱਡੀਆਂ ਨਾ ਹੁਣ ਚਬਾਏ ਕਿ ਮਰੇ ਨੇ 7 ਗਿੱਠੀ 9 ਗੋੜੀ ਲੇਕਿਨ ਅਸਲ ਰੋਲਤ ਇੰਚਾਂ ਦਾ ਹੁੰਦਾ ਨਾ ਜੀ ਇੰਚ ਇੰਚ ਟੇਪ ਹੁੰਦੀ ਮੈਂ ਤਾਂ ਹੁਣੇ ਮਾਰ ਕੇ ਸਾਰੀਆਂ ਗੋੜੀਆਂ ਨੂੰ ਖਾ ਚਾ ਚਲੋ ਠੀਕ ਹੋ ਗਿਆ ਇੰਚੀ ਟੇਪ ਅਗਲੀ ਵਾਰ ਇੰਚੀ ਟੇਪ ਇਨਸ਼ਾ ਅੱਲਾਹ ਲੈ ਕੇ ਰੱਖਾਂ ਮੈਂ ਹੁਣ ਆਪਣੀ ਲੈਣਾ ਮੈਂ ਹਾਂ ਇੰਚੀ ਟੇਪਆਂ ਦੋ ਚਾਰ ਵੀਡੀਓ ਦੇ ਵਿੱਚ ਲੇਕਿਨ ਬਸ ਐਵੇਂ ਨਾ ਲੈ ਕੇ ਹੀ ਇਹ ਉਮਰ ਉਮਰ 4 ਡਾਂਸਰ ਘੋੜਾਈ ਅੱਛਾ ਨਾ ਕੋਈ ਬਾਝੂ ਵੀ ਗਲਤ ਨਹੀਂ ਗੱਲ ਕਰਨੀ ਇਹਦੀ ਉਮਰ ਹੀ ਵਿਖਾ ਦੇਣਾ ਇਹ ਵੇਖੋ ਜੀ ਆਹ ਦਿਨ ਦੇ ਹੁਣ ਕੱਢੇ ਸੇ ਅੱਛਾ ਡਾਂਸਰ ਇਹ ਮੱਥਾ ਇਹਦਾ ਬਿਲਕੁਲ ਤ ਹਾਂ ਬਿਲਕੁਲ ਅਸੀਲ ਸ਼ਰੀਫ ਘੋੜੀਆਂ ਦੇ ਵਿੱਚ ਖਲਾ ਵੇਖ ਲਾ ਇਹ ਬੰਦੇ ਨੇ ਆਹ ਤਾਂ ਕਰੰਦੇ ਨੇ ਸਵਾਰੀ 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 ਬਿਲਕੁਲ ਸਵਾਰੀ ਕਰਨੇ ਸਵਾਰੀ ਆਖੋ ਤਾਂ ਕਰਕੇ ਵਿਖਾਈ ਨੇ ਅੱਛਾ ਜੀਆ ਠੀਕ ਹੋ ਗਿਆ ਤੇ ਉਹ ਡਾਂਸਰ ਚੰਗਾ ਡਾਂਸਰ ਹੈ ਕਿਹੜਾ ਡਾਂਸ ਕਰਦਾ ਹੈ ਧਮਾਲ ਕਰਦੇ ਹਾਂ ਤਾਂ ਧਮਾਲ ਕਰਦਾ ਠੀਕ ਠੀਕ ਤਾਂ ਮੁੱਲ ਕਿ ਕਰਦਾ ਪਿਆ ਦਾ ਮੁੱਲ ਇਹਦਾ 3.5 ਲੱਖ 3.5 ਲੱਖ ਆ 3.5 ਰਹਿਤ ਕਿੰਨੀ ਕਰੇ ਸ ਹੈ ਰਹਿਤ ਉਤਲਾ ਪੰਜਾ ਸਾਰਾ ਉਡਾ ਛੋੜ ਅੱਛਾ ਜੀਆ ਤਰਾਇ ਦਲਾਜਾ ਠੀਕ ਹੋ ਗਿਆ ਠੀਕ ਹੋ ਗਿਆ ਤੇ ਬਾਕੀ ਸਾਰਾ ਸੁਥਰਾ ਮਾਲ ਹੈ ਕੋਈ ਨਾਜਾਇਬ ਹੋ ਤਾਂ ਮੈਂ ਮੈਨੇ ਤੱਕ ਜ਼ਿੰਮੇਵਾਰ ਹਾਂ ਇਨਾਂ ਘੋੜੀਆਂ ਦਾ ਅੱਛਾ ਦੋ ਘੋੜੀਆਂ ਚੈੱਕ ਕਰਾ ਕੇ ਦੱਸਾਂ ਦੋ ਹੀ ਘੋੜੀ ਥਾਂ ਤੇ ਪਰਲੀ ਤੇ ਮਿਲਿਓ ਦੀ ਗਾਰੰਟੀ ਦੇਣੀ ਹਾਂ ਘੋੜਾ ਜਿਹੜਾ ਕ੍ਰਾਸ ਹੋਇਆ ਹੈ ਅੱਛਾ ਤੇ ਇਨਾਂ ਦੀ ਲਿਖਤ ਦੇਣੀ ਆ ਬਲਕੇ ਚੈੱਕ ਕਰਈ ਸਨ ਲਿਖਤ ਚੈੱਕ ਚੈੱਕ ਹੋ ਗਈ ਤਾਂ ਹਾਂ ਬਿਲਕੁਲ ਨਹੀਂ ਬਿਸ਼ੱਕ ਕਰੋ ਮੈਂ ਲਿਖਤ ਦੇ ਦਸ ਇਹ ਕੋੰਦਾ ਇਨਿਆ ਯਾਰ ਇਹ ਤਾਂ ਵਪਾਰੀ ਗੱਲ ਮੰਨ ਦਿੰਦੇ ਨਾ ਮੇਰੀ ਗੱਲ ਗਰੰਟੀ ਵਾਲੀ ਹੈ ਸੀ ਮੇਰੀ ਵਪਾਰੀਆਂ ਲਈ ਆਟ ਤੋਂ ਗੱਲ ਹੈ ਇਹ ਵਪਾਰੀਦਾਰ ਦੇ ਯੂੰ ਫਲਾਣੇ ਦੇ ਕਾਸਮ ਬੰਦੇ ਫਾਸ ਵੀ ਜਾਂਦੇ ਨਹੀਂ ਨਹੀਂ ਮੈਂ ਮੈਂ ਗੱਲ ਸੁਣ ਮੈਂ ਜ਼ਿੰਮੇਵਾਰ ਆ ਹਾਂ ਮੈਂ ਜ਼ਿੰਮੇਵਾਰ ਆ ਮੈਂ ਚੈੱਕ ਕਰਕੇ ਲਈਆਂ ਗੋੜੀਆਂ ਇੰਨੇ ਨਹੀਂ ਮੈਂ ਪੈਸੇ ਬਰੇ ਬਈ ਇੰਨੇ ਜਿਆ ਖਾਲੀ ਲੈ ਲਈਆਂ ਹੱਥ ਕਰਾ ਕੇ ਲੈ ਆਂਦੀਆਂ ਅੱਛਾ ਬਿਲਕੁਲ ਉਹਨਾਂ ਬਿਸ਼ਾਕ ਸਟਾਮ ਮੇਰੇ ਕੋ ਕਰਾ ਲੈ ਇਹਨਾਂ ਤੋਂ ਗੋੜੀਆਂ ਦਾ ਅੱਛਾ ਨਾ ਪਹਿਲੀਆਂ ਦਾ ਘੋੜਾ ਤੇ ਮਿਲ ਉਹਦੀ ਗਾਰੰਟੀ ਮਿਲੇ ਦੀ ਦੇਵਣੀ ਹੈ ਗੱਬਣ ਦੀ ਕਾਇਨੀ ਦੇਣੀ ਅੱਛਾ ਜੀ ਆ ਠੀਕ ਮੱਥਾ ਵੇ ਕਲੀਅਰ ਵੇ ਸਾਰਾ ਗੋਲ ਬਮਾ ਕੇ ਸਾਰਾ ਚੈੱਕ ਕਰਾ ਇਹ ਬੰਦੇ ਇੱਕ ਗੱਲ ਵਗਾ ਦੇ ਮੇਰੀ ਵਪਾਰੀਆਂ ਵਾਲੀ ਗੱਲ ਨੂੰ ਅੱਛਾ ਹਾਂ ਮੇਰੀ ਵਪਾਰੀਆਂ ਵਾਲੀ ਗੱਲ ਨੂੰ ਹੈ ਮਸੇਤਾਂ ਦੀ ਦਸਾਂ ਚਾਵਣੀਆਂ ਨਾ ਮੈਂ ਉਹ ਗੱਲ ਕਾਇ ਨਹੀਂ ਕਰਦਾ ਮੋੜੀ ਮਿਹਨਤ ਦਾ ਗਾਰੰਟੀ ਦੇਸਾ ਘੋੜੀਆਂ ਦੀ ਅੱਛਾ ਤੇ ਕੋਈ ਵਪਾਰੀ ਮਹਨੇ ਦੀ ਗਾਰੰਟੀ ਕੋਈ ਨਹੀਂ ਦਿੰਦਾ ਇੱਕ ਵਾਰੀ ਛੋੜ ਜਾ ਤੂੰ ਕੌਣ ਤੇ ਮੈਂ ਕਾ ਇੰਜ ਗੱਲ ਤੇ ਗਾਂ ਕਿਹੜੀ ਕਿਹੜੀ ਰੱਖੀ ਹੈ ਉਹ ਪਰਲੀ ਗਾਂ ਇੱਕ ਇੱਕ ਵੇੜੇ ਲਾਲ ਨੀ ਮੱਜਾਂ ਖਲੀਆਂ ਨਾ ਉਹ ਅੱਛਾ ਉਹ ਸਾਰੀਆਂ ਵਧੀਆਂ ਐ ਮੁਕ ਜਾੜੀਆਂ ਛਾੜੀਆਂ ਨਾਲ ਕਿਉਂ ਆਪਣੇ ਹਿੱਕੇ ਥਾਰੇ ਨੇ ਬਦੀ ਇਹ ਉਹ ਵੱਜਾਂ ਉਹ ਗੜਾਪਾਂ ਤੋਂ ਗੱਬਣਾ ਖਾਲੀਆਂ ਨੇ ਕੋ ਗਾਂ ਖਰੀ ਗੋਰੀ ਫਾਲ ਛਾਲ ਲੈਣ ਕੋ ਇਹਨ ਕੋ 10 12 ਡੰਗਰ ਹਨ ਜੀ ਅੱਛਾ ਰੌਣਕ ਲੱਗੀ ਹੈ ਬਾ ਸ਼ੁਕਰ ਹੈ ਜਦ ਇਹਨੇ ਜ਼ਰੂਰ ਬਈ ਨਾ ਵਪਾਰ ਹੀ ਚੁਕਰੀਏ ਨਾ ਇਹ ਸ਼ੌਕ ਹੀ ਤੇ ਬਹਨਾਲੇ ਕਾਰੋਬਾਰ ਹੀ ਹੈ ਅੱਛਾ ਜੀ ਇਹ ਕਾਰੋਬਾਰ ਹੀ ਤੇ ਸ਼ੌਕ ਹੀ ਹੈ ਜ਼ਿਆਦਾ ਅਸੀਂ ਮੇਰੇ ਵਾਸਤੇ ਰੱਖੇ ਯਾਰ ਮੈਂ ਲੈ ਤੂੰ ਜਨਾਬ ਹੁਣੇ ਫਾਦਲਾ ਨਾ ਦੇਣ ਦੇ ਹੁਣ ਤਾਂ ਨਹੀਂ ਮੈਂ ਤਾਂ ਹੁਣ ਦੇ ਲੈ ਚੂਚਿਆ ਵਦੇ ਨਹੀਂ ਜੇ ਦੇਲ ਕਰੀ ਫਾਦਲਾ ਜਾ ਅੱਛਾ ਜੀ ਆ ਚੁਗਦੇ ਵਦੇ ਨਹੀਂ ਇਹਨਾਂ ਚਲੋ ਦੇਸੀ ਚੂਚੇ ਨਹੀਂ ਅੱਛਾ ਹਾਂ ਦੇਸੀ ਚੂਚੇ ਬਿਲਕੁਲ ਅਸੀਲ ਅਸੀਲ ਠੀਕ ਜੀ ਲੋ ਜੀ ਆ ਕਾਸਮ ਨਾਲ ਸਾਹਿਬ ਦਾ ਤੁਸੀਂ ਮਾਲ ਵੇਖਿਆ ਗਰੰਟੀਆਂ ਵੀ ਕਾਸਮ ਨਾਲ ਨੇ ਪੂਰੀਆਂ ਦਿੱਤੀਆਂ ਪੂਰੀਆਂ ਦਿੱਤੀਆਂ ਔਰ ਕਿਹਾ ਵੀ ਮੈਂ ਚੈੱਕ ਕਰਵਾ ਕੇ ਵੀ ਦੇਵਾਂਗਾ ਦੋਸਤੋ ਫਾਈਨਲ ਗੱਲ ਹੈ ਮੈਂ ਕਿਸੇ ਦੀ ਘੋੜੀ ਦੀ ਗਾਰੰਟੀ ਨਹੀਂ ਦੇਣੀ ਕਿ ਬਣ ਦੀ ਠੀਕ ਹੈ ਨਾ ਜੀ ਕੋਈ ਹੋਵੇ ਮੈਂ ਨਹੀਂ ਦਿਆਂਗਾ ਜਿੰਨਾ ਤੱਕ ਘੋੜੀ ਡਾਕਟਰ ਕੋਲ ਚੈੱਕ ਨਹੀਂ ਹੋਏਗੀ ਕੋਈ ਗਾਰੰਟੀ ਨਹੀਂ ਠੀਕ ਹੋ ਗਿਆ ਕਾਸਮ ਕੀ ਕੀ ਹਾਲ ਹੈ ਯਾਰ ਲੋਕ ਮੈਨੂੰ ਬਾਅਦ ਜੁਲਾਮ ਮੇ ਦੇ ਅੰਦਰ ਯਾਰ ਨਹੀਂ ਤੂੰ ਜੀ ਤੂੰ ਡਰਿਆ ਹੋਇਆ ਨਾ ਉਸ ਲੈ ਕੇ ਮੇਰੀ ਗਾਰੰਟੀ ਦੇ ਮੈਂ ਜ਼ਿੰਮੇਵਾਰ ਹਾਂ ਚੈੱਕ ਕਰਵਾ ਕੇ ਮੇਰੀ ਕਿਸੇ ਦੀ ਵੀ ਨਹੀਂ ਗਾਰੰਟੀ ਮੈਂ ਕਸੀ ਪਰ ਟਪਸੀ ਲੈ ਕੇ ਚੈੱਕ ਕਰਾ ਕੇ ਦੇਸ ਚਲੋ ਠੀਕ ਹੋ ਗਿਆ ਚੈੱਕ ਕਰਾ ਕੇ ਠੀਕ ਹੋ ਗਿਆ ਜੀ ਚੈੱਕ ਕਰਵਾ ਕੇ ਗੋੜੀਆਂ ਕਨਫਰਮ ਕਰ ਬਣ ਰੇਟ ਕਸਮ ਨੇ ਦੱਸ ਛੱਡੇ ਦੋ ਗੋੜੀਆਂ ਇਹ ਪਿੱਛੇ ਜੜੀਆਂ ਖੜੀਆਂ ਨੇ ਖੁੱਲੀ ਔਰ ਕੁਮੈਸ ਮੁਸ਼ਕੀ ਥਾਂ ਤੇ ਪਹਿਲੇ ਸਾविद ਨੁਕਰੀਓ ਉਸਤੇ ਘੋੜਾ ਕਰਾਸਦੀ ਉਹਦੇ ਲੇਕਿਨ ਉਹ ਖਾਲੀ ਖਾਲੀ ਦੇਣੀ ਗਲਤ ਗੱਲ ਕਰਨ ਦਾ ਫਾਇਦਾ ਨਹੀਂ ਹੈ। ਲਓ ਜੀ ਵੀਡੀਓ ਕਿਵੇਂ ਦੀ ਲੱਗੀ ਹੈ لازمی ਦੱਸਣਾ ਜੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਕਾਸਮ ਨਾਲ ਤਸਵੀਰ ਬਾਸ ਰਿੰਦ ਨੂੰ ਦਿਓ ਇਜਾਜ਼ਤ ਰੱਬ ਰੱਖਾ।